बहुत ही सत्कारयोग किसान भराओ, मैं तुहाडा अपना नवतेज सिंह छजरवड्डी। किसान दोस्तों, अज आपां गल करांगे आलू दे विच आ रही काली पपड़ी, ब्लैक स्पॉट, छोटे छोटे जंगाल वर्गे धब्बे भी आउंदे कई थाई। दो तीन रोग आलू नूं मिट्टी दे विचों ही आउंदे आ, ਜਿਹਦਾ ਕਰਕੇ ਆਲੂ ਦੀ ਸ਼ਕਲ ਵੇਖਣ ਦੇ ਵਿੱਚ ਖਰਾਬ ਹੋ ਜਾਂਦੀ ਆ ਅਤੇ ਮੰਡੀ ਦੇ ਵਿੱਚ ਜ਼ਿਮੀਂਦਾਰ ਭਰਾਵਾਂ ਨੂੰ ਬਹੁਤਾ ਚੰਗਾ ਭਾਅ ਨਹੀਂ ਮਿਲਦਾ। ਕੁਛ ਬੜੀਆਂ ਵਧੀਆ ਮਾਰਕੀਟ ਦੇ ਵਿੱਚ ਇਸ ਰੋਗ ਨੂੰ ਹਟਾਉਣ ਲਈ ਜਾਂ ਘਟਾਉਣ ਲਈ ਦਵਾਈਆਂ ਹੈਗੀਆਂ, ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਬੀਜ ਨੂੰ ਟ੍ਰੀਟ ਕਰਕੇ ਇਸ ਰੋਗ ਤੋਂ 80-90% ਨਿਜਾਹਤ ਪਾ ਸਕਦੇ ਹਾਂ, ਇਹਨੂੰ ਰੋਕ ਸਕਦੇ ਹਾਂ, ਆਪਣੇ ਆਲੂ ਦੀ ਕੁਆਲਿਟੀ ਨੂੰ ਵਧਾ ਸਕਦੇ ਹਾਂ। ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਆਲੂ ਲੱਗਦਾ ਹੈ, ਮੇਜਰ ਜਲੰਧਰ, ਕਪੂਰਥਲਾ, ਫਗਵਾੜਾ, ਇਸ ਏਰੀਏ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਬੀਜ ਵਾਲਾ ਆਲੂ ਲੱਗਦਾ ਹੈ, ਕੁਝ ਏਰੀਏ ਦੇ ਵਿੱਚ ਰਾਸ਼ਨ ਵਾਲਾ ਆਲੂ ਲੱਗਦਾ, ਗੋਲੀ ਵੀ ਲਾਉਂਦੇ ਆ, ਸਟੈਂਡਰਡ ਸਾਈਜ਼ ਵੀ ਲਾਉਂਦੇ ਜ਼ਿਮੀਂਦਾਰ, ਰਾਸ਼ਨ ਨੂੰ ਕੱਟ ਕੇ ਵੀ ਲਾਉਂਦੇ ਆ। ਜੇ ਆਪਾਂ ਇਹਨੂੰ ਸਾਰੇ ਬੀਜ਼ਾਂ ਨੂੰ ਟ੍ਰੀਟ ਕਰਾਂਗੇ ਅਤੇ ਇਹਨਾਂ ਦੀ ਆਪਾਂ ਨੂੰ ਉੱਚ ਕੁਆਲਿਟੀ ਪ੍ਰਾਪਤ ਹੋਏਗੀ, ਚੰਗਾ ਰੰਗ, ਚੰਗਾ ਸਾਈਜ਼ ਮਿਲੇਗਾ। ਅੱਜ ਆਪਾਂ ਗੱਲ ਕਰਨੀ ਆ ਬੀਜ ਨੂੰ ਟ੍ਰੀਟ ਕਰਨ ਦੀ। ਕਿਸਾਨ ਦੋਸਤੋ, ਜਦੋਂ ਆਪਾਂ ਕੋਲਡ ਸਟੋਰ ਦੇ ਵਿੱਚੋਂ ਆਲੂਆਂ ਦਾ ਬੀਜ ਕਢਵਾ ਕੇ ਲਿਆਉਂਦੇ ਹਾਂ, ਉਹਦਾ ਟੈਂਪਰੇਚਰ ਸੀਡ ਦਾ ਕਾਫੀ ਲੋਅ ਹੁੰਦਾ, 2 ਕੁ ਦਿਨ ਉਹਨੂੰ ਤੁਸੀਂ ਉੱਦਾਂ ਹੀ ਬੋਰਿਆਂ ਦੇ ਵਿੱਚ ਘਰ ਕਿਤੇ ਛਾਂ ਵਾਲੀ ਜਗ੍ਹਾ 'ਤੇ ਪਿਆ ਰਹਿਣ ਦਿਓ, ਉਹਦਾ ਟੈਂਪਰੇਚਰ ਹੋਣ ਵਾਲੇ ਮੌਸਮ ਦੇ ਬਰਾਬਰ ਹੋ ਜਾਂਦਾ। ਫਿਰ ਉਹਨੂੰ ਤੋੜਿਆਂ 'ਚੋਂ ਕੱਢ ਕੇ ਖਿਲਾਰ ਲਓ, ਖਿਲਾਰ ਕੇ ਹਵਾ ਫਿਰਨ ਦਿਓ 2-3 ਘੰਟੇ, ਜਿਹੜੀ ਉਹਦੀ ਹਲਕੀ ਫੁਲਕੀ ਸਿੱਲ ਹੈਗੀ ਆ, ਰਹਿ ਗਈ ਆ, ਉਹ ਵੀ ਨਿਕਲ ਜੇ। ਫਿਰ ਆਪਾਂ ਦਵਾਈ, ਅਲੱਗ ਅਲੱਗ ਏਰੀਏ ਦੇ ਵਿੱਚ ਫਾਰਮਰ ਅਲੱਗ ਅਲੱਗ ਦਵਾਈਆਂ ਲਵਾਉਂਦਾ। ਮੈਂ ਹੁਣ ਸਭ ਤੋਂ ਪਹਿਲਾਂ ਗੱਲ ਕਰੂੰਗਾ ਬਾਇਰ ਦਾ ਪ੍ਰੋਡਕਟ ਆਉਂਦਾ ਅਮੈਸਟੋ ਪ੍ਰਾਈਮ, ਜਿਹਦੇ ਵਿੱਚ ਟੈਕਨੀਕਲ ਹੈਗਾ ਪੈਨਫਲੂਫੇਨ 240 ES। ਕਿਸਾਨ ਦੋਸਤੋ, ਇਹ ਵੀ ਪ੍ਰੋਡਕਟ ਫਾਰਮਰਾਂ ਲਈ ਪਿਛਲੇ ਸਾਲਾਂ ਦੇ ਵਿੱਚ ਬੜਾ ਵਧੀਆ ਸਾਬਤ ਹੋਇਆ ਹੈ। ਇਹ ਆਪਾਂ 1 ਲੀਟਰ 180 ਤੋਂ 200 ਬੈਗ ਨੂੰ ਲਾ ਸਕਦੇ ਹਾਂ, 1 ਲੀਟਰ ਦਵਾਈ 180 ਤੋਂ 200 ਬੈਗ ਨੂੰ, ਯਾਨੀ ਕਿ 1 ਪਾਈਆ ਦਵਾਈ 40 ਤੋਂ 50 ਬੈਗ ਨੂੰ ਲਾ ਸਕਦੇ ਹਾਂ। ਫਾਰ ਇਗਜ਼ੈਂਪਲ, ਆਪਾਂ 50 ਬੈਗ ਖੋਲ੍ਹਿਆ, ਆਪਾਂ 1 ਢੋਲੀ 20 ਲੀਟਰ ਦੀ ਜਾਂ 25 ਲੀਟਰ ਦੀ ਬਣਾ ਕੇ ਉਹਦੇ ਵਿੱਚ 1 ਪਾਈਆ ਦਵਾਈ ਪਾ ਲਈ ਆ, ਬਿਲਕੁਲ ਫੁਹਾਰਾ ਕੋਈ ਵੀ ਪੰਪ ਯੂਜ਼ ਕਰ ਰਿਹਾ ਜੇ ਤੁਸੀਂ, ਚਾਹੇ ਬੈਟਰੀ ਵਾਲਾ ਹੈ ਚਾਹੇ 25 ਲੀਟਰ ਵਾਲਾ ਹੈ, ਉਹਦਾ ਫੁਹਾਰਾ ਬਿਲਕੁਲ ਬਰੀਕ ਕਰ ਲੈਣਾ ਘੁੱਟ ਕੇ ਗਾਲੀਓ, ਵੀ ਸਾਡੇ ਪੰਪ ਦੇ ਵਿੱਚੋਂ ਧੋਂਦ ਹੀ ਨਿਕਲੇ, ਕਿਉਂਕਿ ਜਿੰਨੇ ਪਾਣੀ ਦੇ ਬਰੀਕ ਮਾਈਕਰੋਨਸ ਡਿੱਗਣਗੇ ਉਹਨਾਂ ਅਸੀਂ ਆਲੂ ਨੂੰ ਜ਼ਿਆਦਾ ਫਾਇਦਾ ਹੋਏਗਾ। ਪਾਣੀ ਡਿੱਗੇਗਾ, ਪਾਣੀ ਕੁਛ ਉੱਤੇ ਰਹੇਗਾ, ਕੁਛ ਥੱਲੇ ਦੀ ਵਗ ਜਾਏਗਾ। ਜਦੋਂ 1 ਲੇਅਰ ਸੁੱਕ ਜਾਂਦੀ ਹੈ, ਦੂਸਰੀ ਲੇਅਰ ਨੂੰ ਫਿਰ ਪਰਤ ਕੇ ਪਲਟ ਕੇ ਰਹਿੰਦੀ ਦਵਾਈ ਨੂੰ ਆਪਾਂ ਉਹਦੇ ਉੱਪਰ ਛਿੜਕਾਅ ਕਰ ਸਕਦੇ ਹਾਂ। ਫਿਰ ਥੋੜ੍ਹੀ ਹਵਾ ਲੱਗਣ ਦਿਓ, ਭਰ ਲਓ, ਭਰ ਕੇ ਪੰਗਾਰਾ ਆਉਣ ਦਿਓ, ਬੀਜ ਲਓ। ਇੱਕ ਤਾਂ ਆ ਗਈ ਜੀ ਅਮੈਸਟੋ ਪ੍ਰਾਈਮ, ਦੂਸਰੀ ਦਵਾਈ ਕਿਸਾਨ ਭਰਾਓ ਹੈਗੀ ਆ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ ਥਾਈਫਲੂਜ਼ਾ ਮਾਈਂਡ 24%, ਇਹਦੇ ਵਿੱਚ ਟੈਕਨੀਕਲ ਹੈਗਾ, ਇਹ ਵੀ ਬਲੈਕ ਸਰਫਸ 'ਤੇ, ਕਾਲੀ ਪਪੜੀ 'ਤੇ, ਬਲੈਕ ਸਪੋਟ 'ਤੇ ਕੰਮ ਕਰਦੀ ਹੈ। 100 KG ਸੀਡ ਨੂੰ 30 ml ਦਵਾਈ ਲੱਗਦੀ ਹੈ, 100 KG ਸੀਡ ਨੂੰ 30 ml, 1 ਟਨ ਬੀਜ ਨੂੰ 300 ml ਹੋ ਗਈ, ਯਾਨੀ ਕਿ 330 ਕਤੋੜਿਆਂ ਨੂੰ 1 ਲੀਟਰ ਦਵਾਈ ਦਾ ਲੱਗ ਸਕਦਾ। ਤਰੀਕਾ ਇਹਦਾ ਵੀ ਉਹੀ ਰਹੇਗਾ, ਪਹਿਲਾਂ 1 ਸਾਈਡ ਲਾਉਣਾ ਹੈ, ਫਿਰ ਮਾੜੀ ਜਿਹੀ ਹਵਾ ਫਿਰਨ ਦਿਓ, ਬੀਜ ਨੂੰ ਫੋਲ ਕੇ ਦੂਸਰੀ ਸਾਈਡ ਕਰਕੇ ਦੂਸਰੀ ਸਾਈਡ ਇਸ ਦਵਾਈ ਨੂੰ ਲਾ ਸਕਦੇ ਹਾਂ। 2 ਟੈਕਨੀਕਲ ਹੋ ਗਏ। ਤੀਸਰਾ ਟੈਕਨੀਕਲ ਕਿਸਾਨ ਦੋਸਤੋ ਇਹਦੇ ਵਿੱਚ ਆ ਸਕਦਾ, ਇੱਕ ਪਹਿਲਾਂ ਬਾਇਰ ਵੇਚਦੀ ਸੀ, ਹੁਣ ਕ੍ਰਿਸਟਲ ਕੋਆ ਮਾਊਂਸਰੇਨ ਨਾਂ ਦਾ ਪ੍ਰੋਡਕਟ ਆ, 22.09% ਐਸੀ ਫਾਰਮੂਲੇਸ਼ਨ ਦੇ ਵਿੱਚ ਇਹ 'ਚ ਟੈਕਨੀਕਲ ਹੈ। ਇਹਨੂੰ ਵੀ ਆਪਾਂ ਬੀਜ ਸੋਧਣ ਲਈ, ਕਾਲੀ ਪਪੜੀ ਹਟਾਉਣ ਲਈ ਵਰਤ ਸਕਦੇ ਹਾਂ, ਕੋਈ 60-80 ਕਤੋੜੇ 1 ਲੀਟਰ ਨਾਲ। ਫਾਰ ਇਗਜ਼ੈਂਪਲ, 40 ਤੋੜੇ 1 ਵਾਰ ਖੋਲ੍ਹਣੇ, 40 1 ਵਾਰ ਖੋਲ੍ਹੇ, 0.5 ਲੀਟਰ 1 ਵਾਰ ਪੰਪ 'ਚ ਪਾ ਲਓ,
ਅੱਧੀ ਦਵਾਈ ਲਾ ਕੇ ਅੱਧਾ ਪਾਣੀ ਲਾ ਕੇ ਇੱਕ ਸਾਈਡ ਧੋ ਲਓ, ਅੱਧਾ ਪਾਣੀ ਲਾ ਕੇ ਦੂਸਰੀ ਸਾਈਡ ਧੋ ਲਓ, ਫਿਰ ਹਲਕਾ ਸੁੱਕਣ 'ਤੇ ਬੋਰਿਆਂ 'ਚ ਪਾ ਕੇ ਸੀਡ ਨੂੰ ਬਿਜਾਈ ਲਈ ਤਿਆਰ ਹੋਣ ਲਈ ਰੱਖ ਦਿਓ। ਚੌਥੀ ਦਵਾਈ ਕਿਸਾਨ ਦੋਸਤੋ ਇਹਦੇ ਵਿੱਚ ਐਮੀ ਸਟਾਰ ਨਾਂ ਦੀ ਆਉਂਦੀ ਹੈ, ਜਿਹਦੇ ਵਿੱਚ ਜੋਕਸੀ ਸਟ੍ਰੋਬਿਨ 23.80 ਫਾਰਮੂਲੇਸ਼ਨ 'ਚ ਆਉਂਦਾ ਜੀ। ਇਹ ਵੀ ਦਵਾਈ ਚੰਗੀ ਹੈ, ਕਾਲੀ ਪੱਪੜੀ 'ਤੇ ਇਹ ਵੀ ਕੰਮ ਕਰਦੀ ਹੈ। 1 ਲੀਟਰ 400 ਤੋਂ 500 ਬੈਗ ਨੂੰ ਲੱਗਦਾ ਜੀ, 1 ਲੀਟਰ 400 ਤੋਂ 500 ਬੈਗ ਨੂੰ ਲੱਗਦਾ ਹੈ। ਇਹਦੇ ਨਾਲ ਹੀ ਇੱਕ ਪ੍ਰੋਡਕਟ ਅਡਾਮਾ ਕੰਪਨੀ ਦਾ ਮੀਰਾਡੋਰ, ਉਹਦੇ ਵਿੱਚ ਵੀ ਅਯੋਕਸੀ ਸਟ੍ਰੋਬਨ ਟੈਕਨੀਕਲ 23% ਐਸੀ ਫਾਰਮੂਲੇਸ਼ਨ ਦੇ ਵਿੱਚ ਆਉਂਦਾ। ਜਲੰਧਰ ਕਪੂਰਥਲੇ ਏਰੀਏ ਦੇ ਲਾਗੇ ਬੰਨੇ ਫਗਵਾੜੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਪ੍ਰੋਡਕਟ ਫਾਰਮਰ ਪ੍ਰੈਕਟਿਸ ਦੇ ਵਿੱਚ ਪਿਛਲੇ 3-4 ਸਾਲ ਤੋਂ 5 ਸਾਲ ਤੋਂ ਵਿਕ ਰਿਹਾ। ਫਾਰਮਰ ਇਹਦੀ ਪ੍ਰੈਕਟਿਸ ਤੋਂ ਇਹਦੇ ਕੰਮ ਤੋਂ ਖੁਸ਼ ਆ। ਸੋ ਲਾਉਣ ਦਾ ਤਰੀਕਾ ਵੀ ਇਹੀ ਰਹਿਣਾ, 1 ਲੀਟਰ ਤੁਸੀਂ ਮੀਰਾਡੋਰ ਦਾ ਲੈ ਲਿਆ, ਫਾਰ ਐਗਜ਼ਾਮਪਲ ਤੁਸੀਂ 100 ਤੋੜਾ ਖੋਲ ਲਿਆ, 1 ਪਾਈਆ ਦਵਾਈ ਪਾ ਲੈਣੀ ਹੈ, 1 ਪਾਈਆ ਦਵਾਈ ਪਾ ਲਈ, 100 ਤੋੜਾ ਖੋਲ ਕੇ ਵਿਛਾ ਲਿਆ ਜੀ, ਬਿਲਕੁਲ ਬਰੀਕ ਫੁਹਾਰੇ ਦੇ ਵਿੱਚ ਧੁੰਦ ਬਣਾ ਕੇ ਅੱਧਾ ਪਾਣੀ ਪਹਿਲਾਂ ਲਾ ਲਓ, ਬੀਜ ਸਿੱਲਾ ਹੋ ਗਿਆ ਗਿੱਲਾ ਹੋ ਗਿਆ ਉਹਨੂੰ ਅੱਧਾ ਘੰਟਾ ਹਵਾ ਲੱਗਣ ਦਿਓ, ਫਿਰ ਉਹਨੂੰ ਫੋਲ ਕੇ ਦੂਸਰੀ ਸਾਈਡ 'ਤੇ ਲਾਇਓ, ਰਹਿੰਦਾ ਪਾਣੀ ਦੁਬਾਰੇ ਲਾ ਕੇ ਤੁਸੀਂ ਬੀਜ ਨੂੰ ਅੱਧਾ ਪੌਣਾ ਘੰਟਾ ਹਵਾ ਫਿਰਨ ਦਿਓ, ਸੁੱਕ 'ਤੇ ਬੋਰੇ 'ਚ ਭਰ ਕੇ ਤੁਸੀਂ ਆਪਣੀ ਗਾਲੀ ਕਾਰਵਾਈ ਲਈ ਬੀਗ ਦੇ ਪੰਗਾਰੇ ਲਈ ਛੱਡ ਸਕਦੇ ਜੇ। ਕਈ ਫਾਰਮਰ ਉਦੋਂ ਖੇਤ ਦੇ ਵਿੱਚ ਖੜ੍ਹਦੇ ਆ ਬੀਜ ਨੂੰ ਜਦੋਂ ਲੱਗਦਾ ਵੀ 1-2 ਦਿਨ ਦੇ ਵਿੱਚ ਵਿੱਚ ਇਹਨੇ ਬੜੀਆਂ ਵਧੀਆ ਅੱਖਾਂ ਕੱਢ ਆਉਣੀਆਂ। ਸੋ ਕਿਸਾਨ ਦੋਸਤੋ, ਮੈਂ 4 ਤੋਂ 5 ਦਵਾਈਆਂ ਤੁਹਾਡੇ ਧਿਆਨ ਦੇ ਵਿੱਚ ਕਾਲੀ ਪੱਪੜੀ ਨੂੰ ਹਟਾਉਣ ਲਈ, ਬਲੈਕ ਸਰਫਸ ਨੂੰ ਖਤਮ ਕਰਨ ਲਈ ਜਾਂ ਘਟਾਉਣ ਲਈ ਤੁਹਾਡੇ ਧਿਆਨ 'ਚ ਲਿਆਂਦੀਆਂ। ਤੁਸੀਂ ਇਹਨਾਂ ਨੂੰ ਵਰਤ ਕੇ ਆਲੂ ਦੀ ਸੀ ਟਰੀਟਮੈਂਟ ਲਈ ਇਹਨਾਂ ਨੂੰ ਵਰਤ ਕੇ ਆਲੂ ਦੇ ਉੱਤੇ ਆ ਰਹੀ ਫੰਗਸ ਨੂੰ ਖਤਮ ਕਰ ਸਕਦੇ ਜੇ, ਘਟਾ ਸਕਦੇ ਜੇ, ਚੰਗੀ ਕੁਆਲਿਟੀ ਲੈ ਕੇ ਆਪਣੇ ਚੰਗੇ ਬੈਨੀਫਿਟਸ ਪ੍ਰਾਪਤ ਕਰ ਸਕਦੇ ਜੇ। ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ ਯੂਟਿਊਬ 'ਤੇ ਬਲ ਖੇਤੀ ਛੱਜਲਵੱਡੀ ਦੇ ਨਾਂ ਦਾ ਚੈਨਲ ਸ਼ੁਰੂ ਕੀਤਾ। ਕਿਸਾਨ ਦੋਸਤੋ, ਇਹਨੂੰ ਸਬਸਕ੍ਰਾਈਬ ਕਰੋ, ਅੱਗੇ ਜਿਹੜੇ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਖੇਤੀ ਕਰਦੇ ਉਹਨਾਂ ਤੱਕ ਇਹਨਾਂ ਨੂੰ ਸ਼ੇਅਰ ਕਰੋ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।